ਦੇ ਰੇਲਵੇ ਸਟੇਸ਼ਨ ਤੇ ਉਸ ਵੇਲੇ ਹੜਕੰਬ ਮੱਚ ਗਿਆ ਜਦੋਂ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸੁਪਰ ਫਾਸਟ ਟ੍ਰੇਨ ਏਸੀ ਕੋਚ ਦੇ ਥੱਲੇ ਅਚਾਨਕ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਸਟੇਸ਼ਨ ਤੇ ਤੈਨਾਤ ਸਟਾਫ ਅਤੇ ਰੇਲਵੇ ਕਰਮਚਾਰੀ ਰੋਹਿਤ ਸ਼ਰਮਾ ਨੇ ਅੱਗ ਬੁਝਾਊ ਯੰਤਰ ਦੇ ਨਾਲ ਨਿਕਲ ਰਹੀਆਂ ਚੰਗਿਆੜੀਆਂ ਤੇ ਕਾਬੂ ਪਾਇਆ ਤੇ ਟ੍ਰੇਨ ਨੂੰ ਲਗਭਗ 20 ਮਿੰਟ ਤੱਕ ਸਟੇਸ਼ਨ ਤੇ ਰੋਕ ਕੇ ਤਸੱਲੀ ਦੇ ਨਾਲ ਚੈੱਕ ਕਰਨ ਤੋਂ ਬਾਅਦ ਹੀ ਰਵਾਨਾ ਕੀਤਾ ਗਿਆ। ਜਾਣਕਾਰੀ ਅਨੁਸਾਰ ਟ੍ਰੇਨ ਦੇ ਥੱਲੇ ਕੋਈ ਜਾਨਵਰ ਆ ਗਿਆ ਸੀ, ਜਿਸ ਕਾਰਨ ਟ੍ਰੇਨ ਦੇ ਥੱਲੇ ਲੱਗੀ ਲੈਦਰ ਦੇ ਵਿੱਚੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਸੀ ਤੇ ਟ੍ਰੇਨ ਦੀ ਬ੍ਰੇਕ ਵੀ ਖਰਾਬ ਹੋ ਗਈ ਸੀ, ਜਿਸ ਨੂੰ ਠੀਕ ਕਰਨ ਤੋਂ ਬਾਅਦ ਹੀ ਟ੍ਰੇਨ ਨੂੰ ਅੱਗੇ ਰਵਾਨਾ ਕੀਤਾ ਗਿਆ। ਫਿਲੌਰ ਤੋਂ ਪ੍ਰਪੋਲ ਦੀ ਰਿਪੋਰਟ। ਕੁਝ ਨਹੀਂ ਸਰ, ਸਟੇਸ਼ਨ ਮਾਸਟਰ ਦੁਆਰਾ ਮੈਂ ਇਨਫੋਰਮੇਸ਼ਨ ਦੀ ਗਈ ਸੀ ਕਿ ਵੀ ਆਗੇ ਸੇ ਚੌਥੇ ਡਿੱਬੇ ਮੈਂ ਤੁਹਾਡੀ ਡਿੱਬੇ ਮੈਂ ਵੀਲ ਮੈਂ ਆਗ ਪਕੜੀ ਹੋਈ ਹੈ, ਤੋ ਹਮਨੇ ਚੈੱਕ ਕੀਆ ਉਸਮੇ ਹਲਕੀ ਆਗ। ਕੌਨ ਸੀ ਗਾੜੀ ਥੀ ਸਰ? ਇਹ ਆਪਣਾ ਸੁਪਰ ਥੀ 1264। ਅੱਛਾ ਜੀ। ਇਸਮੇ ਆਗ ਲੱਗੀ ਹੋਈ ਸੀ ਥੋੜੀ ਵੀਲ ਮੈਂ ਚੌਥੇ ਡਿੱਬੇ ਮੈਂ, ਹਮਨੇ ਫਾਇਰ ਐਕਸਟਿੰਗੁਇਸ਼ਰ ਸੇ ਉਸਕੋ ਬੁਝਾ ਦਿਆ ਥਾ, ਗਾੜੀ ਓਕੇ ਹੈ, ਉਹ ਗਾੜੀ ਚਲੀ ਗਈ। ਨਹੀਂ ਨਹੀਂ ਕਿਤਨੀ ਦੇਰ ਰਹੀ ਗਾੜੀ ਰੁਕੀ ਸਰ? 10-15 ਮਿੰਟ ਰਹੀ ਸੀ। ਆਗ ਬੜ ਵੀ ਸਕਦੀ ਥੀ? ਹਾਂ ਸਰ, ਅਗਰ ਨਹੀਂ ਦੇਖਤੇ ਤੋ ਆਗ ਬੜ ਸਕਦੀ ਥੀ ਬਿਲਕੁਲ। ਕੌਨ ਸਾ ਕੋਚ ਥਾ ਸਰ? ਜੀ ਸਰ, ਇਹ ਆਗੇ ਸੇ ਇੰਜਨ ਸੇ ਚੌਥਾ ਡਿੱਬਾ ਥਾ, ਏਸੀ ਕੋਚ ਥਾ। ਏਸੀ ਕੋਚ ਕੀ ਨਹੀਂ ਚਲੀ? ਤੋ ਲੋਗੋ ਕੋ ਮੈਨੂੰ ਦਹਿਸ਼ਤ ਆ ਗਈ ਹੋਗੀ? ਹਾਂ ਸਰ ਬਿਲਕੁਲ ਸਰ, ਜੋ ਥੋੜਾ ਲੋਕ ਬਾਗ ਪਬਲਿਕ ਤੋਂ ਹੈਤੀ ਹੈ, ਥੋੜਾ ਭਾਗਨੇ ਲੱਗੀ ਥੀ, ਫਿਰ ਉਨਕੋ ਸਮਝਾ ਬੁਝਾ ਕਰਕੇ ਰੋਕ ਲਿਆ ਥਾ, ਔਰ ਆਗ ਕੋ ਬੁਝਾ ਕਰਕੇ ਅਬ ਗਾੜੀ ਚੈੱਕ ਕਰਕੇ ਆ ਗਈ। ਹਾਂ ਜੀ। ਕਿਤਨੀ ਦੇਰ ਖੜੀ ਰਹੀ ਗਾੜੀ? ਗਾੜੀ 15 ਮਿੰਟ ਕੇ ਆਸ ਪਾਸ ਖੜੀ ਰਹੀ ਸੀ। ਅਮਰਸ਼ੀ ਸਰ।